ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪੈਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਰਾਧਾ ਸਵਾਮੀ ਸਤਸੰਗ ਬਿਆਸ ਸੈਂਟਰ ਪਾਤੜਾ ਚ ਲੱਗਿਆ ਵੈਕਸੀਨ ਕੈਂਪ। ਪੰਜਾਬ ਸਰਕਾਰ ਦੀਆਂ ਜਾਰੀ ਹਦਾਇਤਾਂ ਤਹਿਤ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾਕਟਰ ਦਰਸ਼ਨ ਕੁਮਾਰ ਦੀ ਅਗਵਾਈ ਦੇ ਵਿੱਚ ਰਾਧਾ ਸਵਾਮੀ ਸਤਸੰਗ ਬਿਆਸ ਸੈਂਟਰ ਨਿਆਲ ਰੋਡ ਪਾਤੜਾ ਵਿੱਚ ਵੈਕਸੀਨ ਕੈਂਪ ਲਗਾਇਆ ਗਿਆ, ਜਿਹਦੇ ਵਿੱਚ ਵੈਕਸੀਨ ਲਗਵਾਉਣ ਦੇ ਲਈ ਕੋਵਿਡ-19 ਦੀਆਂ ਹਦਾਇਤਾਂ ਤਹਿਤ ਕੀਤੇ ਪੁਖਤਾ ਪ੍ਰਬੰਧ ਤਹਿਤ ਸਿਹਤ ਵਿਭਾਗ ਦੇ ਵੱਲੋਂ ਕੋਵਿਸ਼ੀਲਡ ਅਤੇ ਕੋਵੈਕਸੀਨ ਦੇ ਨਾਲ ਨਾਲ ਬੂਸਟਰ ਡੋਜ਼ ਵੀ ਲਗਾਈ ਗਈ। ਕੈਂਪ ਦੇ ਵਿੱਚ ਕਰੀਬ 250 ਦੇ ਕਰੀਬ ਲੋਕਾਂ ਨੇ ਵੱਲੋਂ ਵੈਕਸੀਨ ਲਗਾਈ ਗਈ, ਜਿਹਦੇ ਵਿੱਚ 5 ਬੂਸਟਰ ਡੋਜ਼ ਵੀ ਲਗਾਈ ਗਈ। ਪਾਤੜਾ ਤੋਂ ਸਤਪਾਲ ਕਰਕੇ ਰਿਪੋਰਟ। ਪਹਿਲਾਂ 2 ਡੋਜ਼ ਲੱਗੀਆਂ ਹੋਈਆਂ ਸੀ ਜੀ ਮੇਰੇ, ਤਾਂ ਦੇਖਣ ਦੇ ਵਿੱਚ ਇਹ ਆ ਰਿਹਾ ਸੀਗਾ ਵੀ ਜਿਨ੍ਹਾਂ ਨੇ ਡੋਜ਼ ਲਗਵਾਈ ਹੋਈ ਹੈ ਜੇਕਰ ਉਹਨਾਂ ਨੂੰ ਕਰੋਨਾ ਹੋ ਵੀ ਗਿਆ, ਪੋਜ਼ਿਟਿਵ ਆ ਵੀ ਗਏ, ਤਾਂ ਉਹਨਾਂ ਨੂੰ ਕੋਈ ਮੇਜਰ ਪ੍ਰੋਬਲਮ ਨਹੀਂ ਕ੍ਰੀਏਟ ਹੋਈ, ਉਹ ਘਰ ਦੇ ਵਿੱਚ ਹੀ ਕੁਆਰੰਟਾਈਨ ਹੋ ਕੇ 5-4 ਦਿਨਾਂ ਦੇ ਵਿੱਚ ਠੀਕ ਹੋ ਗਏ। ਅਤੇ ਜਿਨ੍ਹਾਂ ਨੇ ਡੋਜ਼ ਨਹੀਂ ਸੀ ਲਗਵਾਈਆਂ ਉਹਨਾਂ ਨੂੰ ਹਸਪਿਟਲਾਈਜ਼ ਕਰਨ ਤੱਕ ਦੀ ਨੌਬਤ ਆਈ ਹੈ, ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਹ ਦੇਖਦੇ ਹੋਏ ਜਦੋਂ ਪਤਾ ਲੱਗਿਆ ਵੀ ਸਰਕਾਰ ਵੱਲੋਂ 9 ਮਹੀਨੇ ਤੋਂ ਬਾਅਦ ਬੂਸਟਰ ਡੋਜ਼ ਦੀ ਪ੍ਰੋਵੀਜ਼ਨ ਦਿੱਤੀ ਗਈ ਹੈ ਗਵਰਨਮੈਂਟ ਮੁਲਾਜ਼ਮ ਨੂੰ ਜਾਂ 60 ਸਾਲ ਤੋਂ ਉੱਪਰ ਦੇ ਵਿਅਕਤੀ ਨੇ, ਤਾਂ ਮੈਂ ਇਹਦੇ ਫਾਇਦੇ ਦੇਖਦੇ ਹੋਏ ਬੂਸਟਰ ਡੋਜ਼ ਲਗਵਾਈ ਹੈ। ਅੱਜ ਪਹਿਲੀ ਡੋਜ਼ ਮੇਰੇ 8 ਅਪ੍ਰੈਲ 2021 ਨੂੰ ਲੱਗੀ ਸੀ, 9 ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਮੈਂ ਇਹ ਬੂਸਟਰ ਡੋਜ਼ ਲਗਵਾਈ ਹੈ, ਜਿਸ ਦਾ ਫਾਇਦਾ ਬਹੁਤ ਹੋਏਗਾ। ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਬਹੁਤ ਨੋਰਮਲ ਜੀ ਪ੍ਰੋਬਲਮ ਆਉਂਦੀ ਹੈ, ਕੋਈ ਵੱਡੀ ਪ੍ਰੋਬਲਮ ਨਹੀਂ ਆਉਂਦੀ ਵੈਕਸੀਨ ਲੱਗਣ ਤੋਂ ਬਾਅਦ। ਮੈਸੇਜ ਇਹ ਹੈਗਾ ਜੀ ਵੀ ਇਹ ਜਿਹੜੀ ਡੋਜ਼ਿਜ਼ ਨੇਗੀਆਂ ਹਰੇਕ ਨੂੰ ਲਗਵਾਉਣੀਆਂ ਚਾਹੀਦੀਆਂ ਨੇ ਆਪਦੀ ਉਮਰ ਦੇ ਹਿਸਾਬ ਨਾਲ। ਹੁਣ ਤਾਂ ਸਰਕਾਰ ਨੇ 15 ਸਾਲ ਤੋਂ ਉੱਪਰ ਦੇ ਬੱਚਿਆਂ ਦੇ ਇਹ ਲਗਾਉਣੀ ਸ਼ੁਰੂ ਕਰ ਦਿੱਤੀ ਹੈ, ਜਦਕਿ ਪਹਿਲਾਂ 18 ਸਾਲ ਤੋਂ ਉੱਪਰ ਲੱਗਦੀ ਸੀ, ਤਾਂ ਇੱਕ ਬਹੁਤ ਵੱਡਾ ਫਾਇਦਾ ਦੇ ਰਹੀ ਹੈ ਸਰਕਾਰ ਸਾਡੀ ਸਾਨੂੰ ਸਾਰਿਆਂ ਨੂੰ। ਤਾਂ ਮੇਰਾ ਖਿਆਲ ਹੈ ਵੀ ਇਹ ਸਾਰਿਆਂ ਨੂੰ ਹੀ ਲਗਵਾਉਣੀ ਚਾਹੀਦੀ ਹੈ, ਜ਼ਰੂਰ ਲਗਵਾਉਣੀ ਚਾਹੀਦੀ ਹੈ। ਇਹਦੇ ਨਾਲ ਜਿੱਥੇ ਅਸੀਂ ਆਪ ਸੁਰੱਖਿਅਤ ਰਹਾਂਗੇ, ਉੱਥੇ ਆਪਣੇ ਦੇਸ਼ ਦੇ ਵਿੱਚ ਵਸਦੇ ਦੂਜੇ ਨਾਗਰਿਕਾਂ ਨੂੰ ਵੀ ਸੁਰੱਖਿਅਤ ਕਰਨ ਦੇ ਵਿੱਚ ਸਫਲ ਹੋਵਾਂਗੇ। ਸਿਹਤ ਵਿਭਾਗ ਦਾ ਵੀ ਵਧੀਆ ਉਪਰਾਲਾ ਹੈਗਾ ਜੀ? ਸਿਹਤ ਵਿਭਾਗ ਦਾ ਬਹੁਤ ਵਧੀਆ ਉਪਰਾਲਾ ਹੈਗਾ ਜੀ, ਜਿਹੜਾ ਸਾਨੂੰ ਇਹ ਵੱਖ ਵੱਖ ਥਾਂ 'ਤੇ ਕੈਂਪ ਲਗਾ ਕੇ ਦਿੱਤੇ ਜਾ ਰਹੇ ਨੇ। ਰਾਜ ਸਵਾਮੀ ਸਤਸੰਗ ਘਰ ਬਿਆਸ ਦੇ ਵਿੱਚ ਇਹ ਕੈਂਪ ਲੱਗਿਆ ਹੋਇਆ ਜਿੱਥੇ ਮੈਂ ਬੂਸਟਰ ਡੋਜ਼ ਲਗਵਾਈ ਹੈ। ਇੱਥੇ ਦਾ ਸਿਸਟਮ ਦੇਖ ਕੇ ਬੜੀ ਖੁਸ਼ੀ ਹੋਈ, ਬਹੁਤ ਵਧੀਆ ਇੰਤਜ਼ਾਮ ਕੀਤੇ ਹੋਏ ਨੇ ਇਹਨਾਂ ਨੇ ਜੀ। ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਵੀ ਜਿਹੜੇ ਡੋਜ਼ ਲਗਵਾਉਣਾ ਚਾਹੁੰਦੇ ਨੇ ਉਹਨਾਂ ਦਾ ਖਾਣਾ ਖਾਧਾ ਹੋਣਾ ਬਹੁਤ ਜ਼ਰੂਰੀ ਹੈ। ਇੱਥੇ ਜੇਕਰ ਕੋਈ ਲੋਕ ਬਿਨਾਂ ਖਾਣਾ ਖਾਧੇ ਆ ਜਾਂਦੇ ਨੇ ਤਾਂ ਉਹਨਾਂ ਲਈ ਲੰਗਰ ਪਾਣੀ ਦੀ ਵਿਵਸਥਾ ਕੀਤੀ ਗਈ ਹੈ, ਬਹੁਤ ਵਧੀਆ ਲੰਗਰ ਖਾਣ ਨੂੰ ਦਿੱਤਾ ਜਾਂਦਾ ਹੈਗਾ। ਉਸ ਤੋਂ ਬਾਅਦ ਜੇਕਰ ਕੋਈ ਚਾਹ ਪਾਣੀ ਦੀ ਇੱਛਾ ਰੱਖਦਾ ਵਿਅਕਤੀ ਤਾਂ ਉਹਦੇ ਲਈ ਚਾਹ ਪਾਣੀ ਦੀ ਪੂਰੀ ਸਹੂਲਤ ਹੈ, ਬੈਠਣ ਦਾ, ਉੱਠਣ ਦਾ, ਮਾਸਕ, ਜੇਕਰ ਕਿਸੇ ਵਿਅਕਤੀ ਕੋਲ ਮਾਸਕ ਨਹੀਂ ਹੈਗਾ ਤਾਂ ਉਹਨਾਂ ਨੂੰ ਮਾਸਕ ਵੀ ਇਹਨਾਂ ਦੁਆਰਾ ਪ੍ਰੋਵਾਈਡ ਕਰਵਾਏ ਜਾਂਦੇ ਨੇ। ਮਤਲਬ ਹਰ ਤਰ੍ਹਾਂ ਦੀ ਬਹੁਤ ਵਧੀਆ ਸਹੂਲਤ ਹੈ ਜੀ। ਕੈਂਪ ਹੋਰ ਵੀ ਬਹੁਤ ਥਾਂ 'ਤੇ ਲੱਗਦੇ ਨੇ, ਪਰ ਜਿਹੇ ਜਿਹਾ ਇੰਤਜ਼ਾਮ, ਜਿਹੇ ਜਿਹੇ ਸਹੂਲਤਾਂ ਇੱਥੇ ਦੇਖਣ ਨੂੰ ਮਿਲੀਆਂ ਉਹ ਜਿਹੀਆਂ ਹੋਰ ਕਿਤੇ ਵੀ ਨਹੀਂ ਹੈਗੀਆਂ। ਧੰਨਵਾਦ। ਕੈਂਪ ਤੁਹਾਡਾ ਕਾਹਦਾ ਕੈਂਪ ਲਾਇਆ? ਇਹ ਸਾਡਾ ਵੈਕਸੀਨ ਦਾ ਕੈਂਪ ਲੱਗਿਆ ਹੋਇਆ, ਰਾਜ ਸਵਾਮੀ ਸਤਸੰਗ ਘਰ ਨਿਆਲ ਲੱਗਿਆ ਹੋਇਆ ਜੀ। ਅਤੇ ਇੱਥੇ 3 ਡੋਜ਼ਾਂ ਲੱਗ ਰਹੀਆਂ ਨੇ ਜੀ, ਕੋਵਿਸ਼ੀਲਡ, ਕੋਵੈਕਸੀਨ ਅਤੇ ਬੂਸਟਰ ਡੋਜ਼ ਆ। ਪ੍ਰਬੰਧ ਕਿਸ ਤਰ੍ਹਾਂ ਦੇ ਨੇ ਸਾਰੇ? ਪ੍ਰਬੰਧ ਬਹੁਤ ਵਧੀਆ ਨੇ ਜੀ ਇੱਥੇ। ਜੇ ਕਿਸੇ ਨੂੰ ਵੈਕਸੀਨ ਲਵਾਉਣੀ ਚਾਹੀਦੀ ਤਾਂ ਇੱਥੇ ਆ ਕੇ ਜ਼ਰੂਰ ਲਵਾਵੇ ਰਾਜ ਸਵਾਮੀ ਸਤਸੰਗ ਘਰ। ਇਹਦੀ ਕਿੰਨੀ ਡੋਜ਼ ਕਿੰਨੀ ਆ? ਇਹ ਸਾਡੇ ਕੋਲ ਕੋਵਿਸ਼ੀਲਡ 500 ਡੋਜ਼ ਆ ਜੀ, ਕੋਵੈਕਸੀਨ 320 ਡੋਜ਼ ਆ ਜੀ, ਬੂਸਟਰ 100 ਡੋਜ਼ ਆ ਸਾਡੇ ਕੋਲ। ਕਿੰਨੀ ਕੁ ਲੱਗ ਚੁੱਕੀ ਹੁਣ ਤੱਕ? ਇਸ ਟਾਈਮ ਇਹ 125 ਲੱਗ ਚੁੱਕੀ ਜੀ। ਕਿੰਨੀ ਲੱਗਣ ਦੀ ਸੰਭਾਵਨਾ ਹੈਗੀ ਹੈ? ਸਾਨੂੰ 500 ਲੱਗਣ ਦੀ ਸੰਭਾਵਨਾ ਹੈਗੀ ਜੀ। ਲੋਕ ਆ ਰਹੇ, ਪੂਰਾ ਉਤਸ਼ਾਹ ਹੈਗਾ ਲੋਕਾਂ ਦੇ ਵਿੱਚ? ਹਾਂ, ਲੋਕਾਂ 'ਚ ਬੜਾ ਉਤਸ਼ਾਹ ਜੀ, ਬਹੁਤ ਵਧੀਆ ਜੀ। ਲੋਕਾਂ ਨੂੰ ਅਪੀਲ ਕੀ ਕਰਦੇ ਹੋ? ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਇੱਕ ਤਾਂ ਮਾਸਕ ਲਾ ਕੇ ਰੱਖੋ ਅਤੇ ਇੱਕ ਵੈਕਸੀਨ ਲਵਾਓ ਸੀ। ਹਾਂ, ਵੈਕਸੀਨ ਸਭ ਵਾਸਤੇ ਜ਼ਰੂਰੀ ਹੈ ਜੀ, ਵੈਕਸੀਨ ਲਵਾਉਣੀ ਚਾਹੀਦੀ। ਬੂਸਟਰ ਡੋਜ਼ ਜਿਹੜੀ ਫਰੰਟਲਾਈਨ ਦਾ ਵਰਕਰ ਹੈ ਜੀ, ਉਹਦੇ 3 ਮਹੀਨੇ ਬਾਅਦ ਲਾ ਰਹੇ ਹਾਂ, ਅਤੇ ਜੋ ਆਮ ਆਉਦੀ ਉਹ 60+ ਦੇ ਲਾ ਰਹੇ, 9 ਮਹੀਨੇ ਬਾਅਦ ਸੈਕਿੰਡ ਡੋਜ਼ ਤੋਂ 9 ਮਹੀਨੇ ਬਾਅਦ। ਹਾਂਜੀ ਹਾਂ, ਬੂਸਟਰ ਡੋਜ਼ ਵਾਲੇ ਆ ਰਹੇ ਨੇ ਜੀ।